पंजाबी लहर सांझा सांझ पंजाबियों की चैनल नाल जुड़े तमाम दोस्तों नूं मेरे वल्लों जानी सतीश दरदी वल्लों आदाब नमस्कार सत श्री अकाल। दोस्तों प्रोग्राम बसदा रहे मेरा पिंड लैके हाजिर हाँ। इस प्रोग्राम का साडा उद्देश दुनिया भर में वसते पंजाबियों की आपसी सांझ पिंड की सांझ पिंड नाल मोह उसनू दर्शाना है। अज इस प्रोग्राम की लड़ी तहत असी तुहानू चलांगे लैके दुआबे दे मशहूर पिंड चिट्टी जलंधर नकोदर रोड ते पेंदे कस्बा लांबड़ा तो करीब 5 किलोमीटर की दूरी ते पेंदे पिंड चिट्टी। आओ चलते हैं पिंड चिट्टी। पंजाबी मां खेड कबड्डी की गल करिए उस विच पिंड चिट्टी का आप मुहारे जिक्र आउंदा है। पिंड चिट्टी का जंपल जग्गा चिट्टी कबड्डी के खेत्र विच जाणिया पहचाणिया खिडारी है। आओ आपां उहनां दे नाल गलबात करते हैं। जग्गा चिट्टी जी सत श्री अकाल जी। पहला सारे नूं मैं तुहाडा अपना जग्गा चिट्टी हुण गोल पुछूंगे तां फ्री आ। जग्गा चिट्टी जी तुसीं सानूं इह दसो वी तुसीं अपनी मां खेड कबड्डी वल किवें आकर्षित होए जां कबड्डी खेडणी कदों शुरू कीती? आकर्षित तां जिद्दां भाजी छोटे हुंदे देखदे आ रहे पिंडां विच मैच हुंदे सीगे जिद्दां वधिया प्लेयर सारे मंगी भाजी हुणी कलजीते भाजी हुणी उहनां नूं देखदे रहे सानूं वी वधिया लगदा सीगा। उदों मन विच सीगा कि असीं वी खेडीए। फिर असीं अपनी पिंड ग्राउंड 'च मेहनत लाउणी इत्थे जिम लाउणा पिंड 'च ही ते फिर इदां ही शुरू कीती। फिर 2015 'च असीं जिद्दां पिंड वार दी टीम असीं पिंड दी चिट्टी वल्लों खेडदे हुंदे सीगे ते फिर हौली हौली इदां ही सफ़र चल पिया। ठीक है जी। हुण तक तुसीं की अपना सफ़र तय कर चुके किन्हां किन्हां क्लबां विच खेड चुके हो जां किहड़ियां प्राप्तियां कीतियां? हुण तक मैं जिद्दां शुरू तों NRI कबड्डी क्लब नकोदर मंगी भाजी हुणां नाल खेडदा आ रहा हाँ। मैनूं हो गए 4 साल उधर खेडदे नूं ते प्राप्तियां तों हुण तक मैं 35 मोटरसाइकिल जित चुका हाँ। 2 अल्टो कारां जित्तियां आ ते एक स्कॉर्पियो गड्डी मैनूं सन्मान हुई सी। हांजी। हुण तक तुसीं किहड़े किहड़े मुल्कां दे विच जा के कबड्डी दीआं धुम्मां पाईआं जी? हुण मैं जिद्दां कनेडा जा चुका हाँ, पहलां न्यूजीलैंड जा चुका 2 वार ते आस्ट्रेलिया भी जा चुका, दुबई भी जा चुका। ਤੁਹਾਨੂੰ ਪਿੰਡ ਦੇ ਵੱਲੋਂ ਕੀ ਸਹਿਯੋਗ ਮਿਲਿਆ ਜਾਂ ਸਪੋਰਟਸ ਕਲੱਬ ਬਣਾ ਕੇ ਜਾਂ ਪਿੰਡ ਦੀ ਜਿਹੜੀ ਗਰਾਊਂਡ ਬਾਰੇ ਉਹਦੇ ਬਾਰੇ ਤੁਸੀਂ? ਪਿੰਡ ਵੱਲੋਂ ਤਾਂ ਪੂਰਾ ਸਹਿਯੋਗ ਸੀ ਜਿੱਦਾਂ ਆਪਣੇ ਸਾਰੇ ਯਾਰ ਦੋਸਤਾਂ ਨੇ ਇੱਥੇ ਸਾਰਿਆਂ ਨੇ ਬਹੁਤ ਸਪੋਰਟ ਕੀਤੀ ਆਪਣੀ ਜਿੱਦਾਂ ਸਾਰੇ ਹਮੇਸ਼ਾ ਆਪਣੇ ਨਾਲ ਖੜੇ ਆ। ਫਿਰ ਜਿੱਦਾਂ ਕਿ ਸਾਡੇ ਪਿੰਡ 'ਚ ਹੀ ਬਹੁਤ ਸਹੂਲਤਾਂ, ਸਾਡੇ ਜਿੰਮ ਵੀ ਪਿੰਡ 'ਚ ਹੀ ਆ, ਪ੍ਰੈਕਟਿਸ ਲਾਉਣ ਨੂੰ ਸੌਖਾ ਹੁੰਦਾ, ਗਰਾਊਂਡ ਵੀ ਸਾਡੇ ਇੱਥੇ ਵੀ ਗਰਾਊਂਡ ਆ, ਦੂਜੀ ਸਾਈਡ ਵੀ ਗਰਾਊਂਡ ਆ, ਜਿੱਦਾਂ ਸਾਡੇ ਪਿੰਡ 2 ਹੀ ਗਰਾਊਂਡਾਂ ਆ ਅਤੇ ਉਹ ਵੀ ਸਾਰਾ ਜਿੱਦਾਂ ਸਾਧਨ ਹੈਗੇ ਆ ਇੱਥੇ ਜੇ ਮਿਹਨਤ ਲਾਉਂਦੇ ਅਤੇ ਵਧੀਆ ਜਿੱਦਾਂ ਸਾਰੀਆਂ ਸਹੂਲਤਾਂ ਸਾਨੂੰ ਮਿਲਦੀਆਂ ਪਿੰਡ 'ਚ। ਜੱਗਾ ਚਿੱਟੀ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਪਿੰਡ ਚਿੱਟੀ ਦੇ ਹੀ ਵਸਨੀਕ ਇੱਕ ਹੋਰ ਕਬੱਡੀ ਖਿਡਾਰੀ ਗੁਰਵਿੰਦਰ ਚਿੱਟੀ ਜੀ ਨਾਲ ਗੱਲ ਕਰਦੇ ਹਾਂ। ਗੁਰਵਿੰਦਰ ਚਿੱਟੀ ਜੀ, ਤੁਸੀਂ ਸਾਨੂੰ ਇਹ ਦੱਸੋ ਵੀ ਤੁਹਾਡਾ ਕਬੱਡੀ ਵੱਲ ਕਿਵੇਂ ਰੁਝਾਨ? ਭਾਈ ਇੱਦਾਂ ਕਬੱਡੀ ਖੇਡਦੇ ਹੁੰਦੇ ਪਿੰਡ ਪਹਿਲਾਂ ਜਿੱਦਾਂ ਤਕੜੇ ਪਲੇਅਰਾਂ ਨੂੰ ਖੇਡਦੇ ਦੇਖਦੇ ਹੁੰਦੇ ਸੀਗੇ ਪਿੰਡ ਪਹਿਲਾਂ, ਭਾਜੀ ਹੁਣੀ ਸਾਰੇ ਖੇਡਦੇ ਹੁੰਦੇ ਨਿੱਕੇ ਭਾਜੀ ਹੁਣੀ, ਉਹਨਾਂ ਨਾਲ ਦੇਖ ਦੇਖ ਕੇ ਭਾਜੀ ਇੱਦਾਂ ਖੇਡਣ ਲੱਗ ਗਏ ਭਾਜੀ। ਹੁਣ ਤੱਕ ਤੁਸੀਂ ਕਿਹੜੀ ਕਿਹੜੀ ਕਲੱਬ ਵਿੱਚ ਖੇਡ ਚੁੱਕੇ ਹੋ? ਭਾਜੀ ਮੈਂ ਨਰੇ ਨੂੰ ਕੋਦਰ 'ਚ ਖੇਡਿਆ ਭਾਜੀ 17 'ਚ ਅਤੇ ਮੁੜ ਕੇ ਭਾਜੀ ਹੁਣ ਰੋਇਲ ਕਿੰਗ USA 'ਚ ਖੇਡਦਾ। ਅਤੇ ਕਿਹੜੇ ਕਿਹੜੇ ਵਿਦੇਸ਼ਾਂ ਵਿੱਚ ਜਾ ਕੇ ਕਬੱਡੀ ਦੀਆਂ ਧੁੰਮਾਂ ਪਾਈਆਂ? ਭਾਜੀ ਨਿਊਜ਼ੀਲੈਂਡ ਖੇਡਿਆ 1 ਸਾਲ। ਇਹ ਕਬੱਡੀ ਦੇ ਵਿੱਚ ਆਪਾਂ ਤੁਸੀਂ ਕੀ ਪ੍ਰਾਪਤੀਆਂ ਕੀਤੀਆਂ ਨੇ? ਭਾਜੀ ਮੈਂ ਕਬੱਡੀ ਦੇ ਵਿੱਚ ਭਾਜੀ ਇੱਕ ਮੈਨੂੰ ਆਪਣੇ ਪਿੰਡ ਦੀ ਭਾਜੀ ਨੌਜਵਾਨ ਸਭਾ ਵੱਲੋਂ ਭਾਜੀ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ ਭਾਜੀ। LCD ਜਿੱਤੀਆਂ 3 ਭਾਜੀ ਅਤੇ ਭਾਜੀ ਸੋਨੇ ਦੀ ਮੁੰਦੀ ਅਤੇ ਉੱਦਾਂ ਭਾਜੀ ਇਨਾਮ ਥੋੜ੍ਹੇ ਬਹੁਤੇ। ਗੁਰਵਿੰਦਰ ਚਿੱਟੀ ਜੀ, ਤੁਸੀਂ ਸਾਨੂੰ ਇਹ ਦੱਸੋ ਵੀ ਆਪਣੇ ਪਿੰਡ ਚਿੱਟੀ ਦੇ ਵਿੱਚ ਇੱਕ ਕਬੱਡੀ ਗਰਾਊਂਡ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਗਰਾਊਂਡ ਹੈ? ਭਾਜੀ ਸਾਡੇ ਪਿੰਡ ਦਾ ਸਾਰੀਆਂ ਗਰਾਊਂਡਾਂ ਹੀ ਹੈਗੀਆਂ ਭਾਜੀ। ਕ੍ਰਿਕਟ ਦੀ ਗਰਾਊਂਡ ਵੀ ਹੈਗੀ ਹੈ ਸਰਕਾਰੀ ਸਕੂਲੇ, ਵਾਲੀਬਾਲ ਦੀ ਗਰਾਊਂਡ ਵੀ ਹੈਗੀ ਹੈ ਭਾਜੀ, ਰਨਿੰਗ ਟਰੈਕ ਭਾਜੀ, ਹਰੇਕ ਸਹੂਲਤ ਹੈਗੀ ਹੈ ਭਾਜੀ ਪਿੰਡ। ਪਿੰਡ ਦੇ ਵਿੱਚ ਕੋਈ ਸਪੋਰਟਸ ਟੂਰਨਾਮੈਂਟ ਵੀ ਹੋ ਰਿਹਾ ਜਾਂ ਕੋਈ ਕਲੱਬ ਵੀ ਬਣਾਈ ਹੋਈ ਹੈ? ਹਾਂਜੀ ਭਾਜੀ, ਹੁਣ ਤੱਕ ਭਾਜੀ ਪਿੰਡ ਦੇ ਵਿੱਚ 69 ਟੂਰਨਾਮੈਂਟ ਹੋ ਗਏ ਆ ਭਾਜੀ। ਪਿੰਡ ਦਾ ਆਪਦਾ ਜਿੰਮ ਹੈਗਾ ਵਾ ਸੰਤ ਬਾਬਾ ਹੀਰਾਦਾਸ ਜੀ ਦੇ ਨਾਂ 'ਤੇ, ਹੈਲਥ ਕਲੱਬ ਭਾਜੀ। ਜਿਹੜੀ ਪਿੰਡ ਦੇ ਵਿੱਚ ਸਪੋਰਟਸ ਕਲੱਬ ਬਣਾਈ ਆ ਉਹਦਾ ਕੀ ਨਾਂ ਹੈ? ਸੰਤ ਬਾਬਾ ਹੀਰਾਦਾਸ ਜੀ ਸਪੋਰਟਸ ਕਲੱਬ। ਪਿੰਡ ਦੇ ਵਿੱਚ ਹੋਰ ਮੁੰਡੇ ਜਿਨ੍ਹਾਂ ਨੂੰ ਤੁਸੀਂ ਉਤਸ਼ਾਹ ਕਰਦੇ ਹੋ ਕਬੱਡੀ ਵੱਲ? ਹਾਂਜੀ ਭਾਜੀ, ਜਿੱਦਾਂ ਆਉਂਦੇ ਆ ਨਿਆਣੇ ਛੋਟੇ ਖੇਡਣ ਭਾਜੀ, ਉਹਨਾਂ ਨੂੰ ਕਹਿੰਦੇ ਹੁੰਦੇ ਵੱਧ ਤੋਂ ਵੱਧ ਜਿੱਦਾਂ ਖੇਡਣ ਭਾਜੀ, ਗਾਂ ਦੀ ਗਾਂ ਵਧੀਆ ਬਣਨ ਭਾਜੀ ਆਉਂਦੇ ਨਿਆਣੇ ਖੇਡਣ। ਆਉਣ ਵਾਲੀ ਪੀੜ੍ਹੀ ਜੋ ਮਤਲਬ ਕਬੱਡੀ ਮਾਂ ਆਪਣੀ ਮਾਂ ਖੇਡ ਕਬੱਡੀ ਉਹਦੇ ਨਾਲ ਜੁੜ ਰਹੇ ਆ ਜਾਂ ਕ੍ਰਿਕਟ ਵੱਲ ਆ? ਨਹੀਂ ਭਾਜੀ, ਕਬੱਡੀ ਦਾ ਹੁਣ ਕਰੇਜ਼ ਜਿੱਦਾਂ ਪਿੰਡਾਂ 'ਚ ਭਾਜੀ ਬਹੁਤ ਜ਼ਿਆਦਾ ਵਾ ਭਾਜੀ, ਨਿਆਣੇ ਜ਼ਿਆਦਾ ਕਬੱਡੀ ਖੇਡਦੇ ਹੁਣ ਭਾਜੀ। ਗੁਰਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਭਾਜੀ ਸਾਰਿਆਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਕੀ ਨਾਮ ਜੀ? ਸ਼ੁਭਨਾਮ ਜੀ। ਦਲਵੀਰ ਸਿੰਘ ਜੀ। ਸਰ ਦਲਵੀਰ ਸਿੰਘ ਜੀ, ਪਿੰਡ ਚਿੱਟੀ ਦੇ ਇਤਿਹਾਸ ਦੀ ਜਦੋਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਇੱਕ ਜ਼ਿਕਰ ਇਹ ਆਉਂਦਾ ਆ ਵੀ ਵੰਡ ਤੋਂ ਪਹਿਲਾਂ ਇੱਥੋਂ ਦੇ ਜਿਹੜੇ ਲੋਕ ਸੀ ਉਹ ਪਾਕਿਸਤਾਨ ਵਿੱਚ ਗਏ,
ਤੇ ਉਹਨਾਂ ਦਾ ਕੀ ਕਾਰਨ ਸੀ ਜਿਹੜਾ ਇਧਰੋਂ ਉੱਠ ਕੇ ਉਧਰ ਗਏ ਉਹ ਫਿਰ ਵਾਪਸ ਇਧਰ ਆਏ? ਸਾਡੇ ਬਜ਼ੁਰਗ ਦੱਸਦੇ ਸੀ ਜੀ ਵੀ ਜਦੋਂ ਅੰਗਰੇਜ਼ਾਂ ਦਾ ਰਾਜ ਆਇਆ ਨਾ ਉਦੋਂ ਪਾਕਿਸਤਾਨ ਦੇ ਵਿੱਚ ਤੋਂ ਅੰਗਰੇਜ਼ ਆਇਆ ਉਧਰੋਂ ਇੱਕ, ਹਾਂਜੀ, ਇੱਥੇ ਸਾਡੇ ਪਿੰਡ ਬੰਸੀਆਂ ਵੱਜਦਾ ਏਰੀਆ ਸਕੂਲ ਦੇ ਲਾਗੇ, ਉੱਥੇ ਆ ਕੇ ਉਹਨੇ ਤੰਬੂ ਲਾਇਆ, ਤੰਬੂ ਲਾਇਆ ਤੇ ਇੱਕ ਮਰਬਾ ਦਿੰਦਾ ਸੀ ਤੇ ਦੀਵਾਨੀ ਲਿਖਾਈ ਲੈਂਦਾ ਸੀਗਾ। ਉਸ ਵੇਲੇ ਉਸ ਪਾਕਿਸਤਾਨ ਦੀ ਜ਼ਮੀਨ ਜਿਹੜੀ ਬੇਵਾਦ ਬਹੁਤ ਪਈ ਸੀ ਉਹਨੂੰ ਵਾਦ ਕਰਨ ਵਾਸਤੇ ਲੋਕਾਂ ਨੂੰ ਲਾਲਚ ਦੇ ਕੇ ਉੱਧਰ ਮਰਬਾ ਜ਼ਮੀਨ ਦੇ ਜਾਂਦਾ ਤੇ ਦੀਵਾਨੀ ਲਿਖ ਲਈ ਜਾਂਦਾ ਸੀਗਾ, ਇਸ ਕਰਕੇ ਲੋਕ ਉੱਧਰ ਚਲੇ ਗਏ। ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਫਿਰ ਉੱਧਰਲੇ ਲੋਕ ਜਦੋਂ ਪਾਕਿਸਤਾਨ ਚੋਂ ਇੱਧਰ ਆਏ ਤੇ ਉਹਨਾਂ ਨੂੰ ਦੂਸਰਿਆਂ ਪਿੰਡਾਂ ਦੇ ਵਿੱਚ ਜਿੱਥੇ ਮੁਸਲਮਾਨ ਰਹਿੰਦੇ ਸੀ ਉੱਥੇ ਉਹਨਾਂ ਨੂੰ ਜ਼ਮੀਨ ਉਹ ਮਿਲ ਗਈ। ਹਾਂਜੀ, ਠੀਕ ਹੈ, ਇੰਨਾ ਹੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣਾ ਕੀ ਨਾਮ ਜੀ? ਬਲਵੀਰ ਸਿੰਘ। ਸਤਿ ਬਲਵੀਰ ਸਿੰਘ ਜੀ, ਤੁਹਾਡੀ ਕਿੰਨੀ ਕੁ ਉਮਰ ਹੈ? ਮੇਰੀ 82 ਸਾਲ ਦੀ ਉਮਰ। 82 ਸਾਲ ਦੀ ਉਮਰ ਹੋਇਆ ਜੀ। ਤੁਸੀਂ ਫਿਰ ਤੁਹਾਨੂੰ ਪਤਾ ਹੋਣਾ ਜਾਂ ਤੁਹਾਡੇ ਬਜ਼ੁਰਗ ਦੱਸਦੇ ਹੋਣੇ ਆ ਵੀ ਜਿਹੜੇ ਇਸੇ ਪਿੰਡ ਦੇ ਵਸਨੀਕ ਵੰਡ ਤੋਂ ਪਹਿਲਾਂ ਉੱਠ ਕੇ ਜਾਂ ਕਿਸੇ ਲਾਲਚ ਜਾਂ ਕੋਈ ਵੀ ਆਪਾਂ ਕਿਸੇ ਕਾਰਨ ਵੀ ਉੱਧਰ ਪਾਕਿਸਤਾਨ ਦੇ ਵਿੱਚ ਚਲੇ ਗਏ, ਜਦੋਂ ਵੰਡ ਹੋਈ ਉਹ ਇੱਧਰ ਆਏ, ਉਹਨਾਂ ਨੂੰ ਕੀ ਪਿੰਡ ਚਿੱਟੀ ਦੇ ਵਿੱਚ ਜ਼ਮੀਨ ਮਿਲੀ, ਪਿੰਡ ਚਿੱਟੀ ਦੇ ਵਿੱਚ ਉਹਨਾਂ ਦਾ ਰਹਿਣ ਵਸੇਬਾ ਹੋਇਆ ਜਾਂ ਉਹ ਫਿਰ ਕਿੱਥੇ ਕਿੱਥੇ ਜਾ ਕੇ ਵਸੇ? ਦੇਖੋ ਜੀ, ਜਦੋਂ ਉੱਧਰੋਂ ਉੱਠ ਕੇ ਆਏ ਸਾਡਾ ਪਰਿਵਾਰ, ਉਹਨਾਂ ਨੂੰ ਜ਼ਮੀਨ, ਤੁਸੀਂ ਵੀ ਬਾਹਰ ਚੋਂ ਆਏ ਹੋ ਜੀ? ਨਹੀਂ, ਅਸੀਂ ਨਹੀਂ ਆਏ, ਬਾਬੇ ਜੀ ਸਾਡੇ ਆਏ। ਬਾਬਾ ਜੀ ਬਜ਼ੁਰਗ ਤੁਹਾਡੇ? ਠੀਕ ਹੈ। ਅਤੇ ਉਹ ਬਾਬਾ ਜੀ ਜਦੋਂ ਆਏ ਉਹਨਾਂ ਨੂੰ ਜ਼ਮੀਨ ਜਿਹੜੀ ਹੈ ਸੈਨਪੁਰ ਅਲਾਟ ਹੋਈ ਆ, ਪਿੰਡ ਸੈਨਪੁਰ। ਹਾਂ, ਪਿੰਡ ਸੈਨਪੁਰ। ਠੀਕ ਹੈ। ਅਤੇ ਜਦੋਂ ਗਏ ਆ ਤਾਂ ਉਦੋਂ ਮਰੱਬੇ ਇੱਥੇ ਸਾਡੇ ਪਿੰਡ ਜਿੱਥੇ ਸਕੂਲ ਆ ਇੱਥੇ ਗੋਰਾ ਆਇਆ, ਇੱਥੇ ਫਿਰ ਗੋਰੇ ਨੇ ਦਿੱਤੇ ਅਤੇ ਫਿਰ ਜ਼ਮੀਨਾਂ ਇੱਥੇ ਥੋੜ੍ਹੀਆਂ, ਇਸ ਕਾਰਨ ਫਿਰ ਇੱਥੇ ਉੱਥੇ ਗਏ ਆਬਾਦ ਕੀਤੇ ਅਤੇ ਪਰਿਵਾਰ ਵੀ ਉੱਥੇ ਰਹਿ। ਅਤੇ ਬਾਅਦ 'ਚ ਜਦੋਂ ਵੰਡ ਹੋਈ ਆ ਅਤੇ ਫਿਰ ਬਾਬਾ ਜੀ ਹੁਣ ਸੈਨਪੁਰ ਆਏ ਆ। ਠੀਕ ਹੈ ਜੀ। ਹੁਣ ਉੱਥੇ ਪਰਿਵਾਰ ਸਾਡਾ ਸੈਨਪੁਰ ਆ। ਠੀਕ ਹੈ ਜੀ। ਇਹ ਕਿਹੜਾ ਪਰਿਵਾਰ ਸੀ, ਕਿਹੜੇ ਗੋਤ ਨਾਲ ਸੰਬੰਧਿਤ ਹੈ? ਅਠਵਾਲ ਜੀ। ਅਠਵਾਲ ਪਰਿਵਾਰ? ਸਾਡਾ ਸਾਰਾ ਪਰਿਵਾਰ ਜਿੰਨਾ ਪਿੰਡ ਆ ਅਠਵਾਲ ਆ। ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ, ਫੌਜੀ ਗੁਰਦੇਵ ਸਿੰਘ ਜੀ, ਤੁਸੀਂ ਇਸ ਪਿੰਡ ਦੇ ਵਸਨੀਕ ਹੋ, ਜਿਸ ਤਰ੍ਹਾਂ ਬਾਕੀ ਪਿੰਡ ਦੇ ਵਸਨੀਕਾਂ ਨੇ ਗੱਲ ਕੀਤੀ ਵੀ ਬਹੁਤੇ ਬੰਦੇ ਪਿੰਡ ਆਪਣੀ ਵੰਡ ਤੋਂ ਪਹਿਲਾਂ ਉੱਧਰ ਚਲੇ ਗਏ ਸੀਗੇ ਜਾਂ ਉੱਧਰੋਂ ਫਿਰ ਵਾਪਸ ਆਏ ਆ, ਹੁਣ ਤੁਸੀਂ ਮਤਲਬ ਇਸ ਪਿੰਡ ਦੇ ਵਿੱਚ ਵਸਨੀਕ ਹੋ, ਤੁਹਾਨੂੰ ਇਹ ਪਤਾ ਹੋਣਾ ਵੀ ਇਸ ਪਿੰਡ ਦੇ ਬਾਕੀ ਜਿਹੜੇ ਉੱਧਰੋਂ ਆਏ ਸੀਗੇ ਉਹ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਇਸ ਵੇਲੇ? ਪਿੰਡ ਸਾਡੇ 12-13 ਪਿੰਡਾਂ ਬੈਠੇ ਆ। ਉਹ ਕਿਹੜੇ ਕਿਹੜੇ ਪਿੰਡ ਆ ਜੀ? ਕਲਿਆਣਪੁਰ, ਸਮੀਪੁਰ, ਫੂਲਪੁਰ, ਧਨਾਲ, ਲਾਂਬੜੀ, ਲਾਂਬੜਾ, ਇਹਨਾਂ ਪਿੰਡਾਂ ਸਾਰਿਆਂ ਬੈਠੇ ਆ ਗਏ। ਜਾਣੀ ਆਲੇ ਦੁਆਲੇ ਲਾਂਬੜੇ ਇਲਾਕੇ ਦੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਇਸੇ ਪਿੰਡ ਦੇ ਵਸੇ? ਹਾਂਜੀ, ਸਭ ਬੈਠੇ ਆ ਇੱਥੇ ਆ ਕੇ ਸਾਰੇ ਪਿੰਡਾਂ ਦੇ। ਇੱਦਾਂ ਵੀ ਸਾਡੇ ਜਿਹੜੇ ਪਿੰਡ ਬੈਠੇ ਪਰਿਵਾਰ ਅਠਵਾਲ ਪਰਿਵਾਰ ਸਾਰੇ ਹੈਗੇ ਆ, ਉਹ ਇੱਦਾਂ ਚਿੱਟੀ ਦੇ ਸਲੀਮ ਸਾਹਿਬ ਵੱਜਦੇ ਆ। ਮਤਲਬ ਹੈ ਚਾਹੇ ਉਹ ਕਿਸੇ ਹੋਰ ਪਿੰਡ ਦੇ ਵਿੱਚ ਰਹਿ ਰਹੇ ਪਰ ਨਾ ਉਹਨਾਂ ਦਾ ਚਿੱਟੀ ਆ, ਨਾ ਚਿੱਟੀ ਉਹਨਾਂ ਦਾ, ਬਸ ਇਹ ਹੈ ਉਹਨਾਂ ਦਾ ਸਭ ਕੁਝ। ਹਾਂਜੀ, ਪਰ ਉਹਨਾਂ ਦਾ ਕਾਰਨ ਇਹ ਸੀ ਕਿ ਵੀ ਉਹਨਾਂ ਨੂੰ ਇੱਥੇ ਆ ਕੇ ਜ਼ਮੀਨ ਨਹੀਂ ਮਿਲੀ? ਨਹੀਂ ਮਿਲੀ, ਇਸ ਕਰਕੇ ਇਸ ਪਿੰਡ 'ਚ ਕੋਈ ਜ਼ਮੀਨ ਪਿੰਡ ਥੋੜ੍ਹੀ ਸੀਗੀ, ਉਹਨਾਂ ਜਿੱਥੇ ਉੱਧਰ ਜ਼ਮੀਨ ਛੱਡ ਕੇ ਆਏ ਬਾਹਰ 'ਚੋਂ, ਉਹਨਾਂ ਫਿਰ ਉਸ ਜਿੱਦਾਂ ਉਸ ਬਾਹਰ ਦੀ ਜ਼ਮੀਨ ਕੀਮਤ ਜ਼ਿਆਦਾ ਜਿੱਥੇ ਸੀ ਉੱਥੇ ਭਾਰੀ ਜ਼ਮੀਨ ਪੈ ਗਈ। ਠੀਕ ਹੈ। ਜਿੱਥੇ ਜ਼ਮੀਨ ਹਲਕੀ ਸੀ ਉੱਥੇ ਹਲਕੀ ਪੈ ਗਈ। ਠੀਕ ਹੈ ਜੀ। ਕਿਤੇ ਜ਼ਿਆਦਾ ਪਈ, ਕਿਸੇ ਨੂੰ ਘੱਟ ਪਈ, ਮਤਲਬ ਜਿਸ ਤਰ੍ਹਾਂ ਜ਼ਮੀਨ ਮਿਲੀ ਉੱਥੇ ਉੱਥੇ ਬਿੰਦੇ ਉੱਥੇ ਬਿੰਦੇ। ਪਰ ਹੁਣ ਇੱਕ ਹੋਰ ਗੱਲ ਕਿ ਉਹਨਾਂ ਦਾ ਇਸ ਪਿੰਡ ਦੇ ਵਸਨੀਕਾਂ ਦੇ ਨਾਲ ਭਾਈਚਾਰਾ ਹਾਲੇ ਵੀ ਕਾਇਮ ਹੈ? ਅਜੇ ਵਿਆਹ ਸ਼ਾਦੀ ਆਉਂਦੇ ਆ, ਭਾਈਚਾਰਕ ਜਿਹੜੀ ਸਾਂਝ ਆ, ਜਿਹੜੀ ਦਿਲਾਂ ਦੀ ਸਾਂਝ ਆ, ਜੋ ਪਿੰਡ ਦੇ ਨਾਲ ਸਾਂਝ ਆ, ਉਹ ਹਾਲੇ ਵੀ ਬਰਕਰਾਰ। ਅਸੀਂ ਵਿਆਹ ਸ਼ਾਦੀ ਉੱਥੇ ਜਾਂਦੇ ਹਾਂ, ਅਸੀਂ ਸਾਡੇ ਉਹਨਾਂ ਨੂੰ, ਸਾਡਾ ਅੱਜ ਪਿਆਰ ਉੱਦਾਂ ਹੀ ਚੱਲਦਾ ਜੀ। ਹਾਂਜੀ ਦੋਸਤੋ, ਵੱਸਦਾ ਰਹੇ ਪਿੰਡ ਮੇਰਾ, ਇਸ ਲੜੀ ਤਹਿਤ ਅੱਜ ਅਸੀਂ ਦੁਆਬੇ ਦੇ ਮਸ਼ਹੂਰ ਪਿੰਡ ਚਿੱਟੀ 'ਚ ਪਹੁੰਚੇ ਸੀਗੇ। ਅਸੀਂ ਤੁਹਾਨੂੰ ਕਰਾਈ ਆ ਪਿੰਡ ਦੀਆਂ ਗਲੀਆਂ ਦੀ ਸੈਰ, ਪਿੰਡ ਚਿੱਟੀ ਨਾਲ ਜੁੜੀਆਂ ਕਈ ਰੌਚਕ ਗੱਲਾਂ ਦੀ ਜਾਣਕਾਰੀ ਸਾਂਝੀ ਕੀਤੀ ਆ। ਦੁਨੀਆ ਭਰ 'ਚ ਵੱਸਦੇ ਪੰਜਾਬੀਆਂ ਨੂੰ, ਪਿੰਡ ਚਿੱਟੀ ਵਾਸੀਆਂ ਨੂੰ ਪਿੰਡ ਚਿੱਟੀ ਨਾਲ ਮੁੜ ਤੋਂ ਜੋੜਨ ਦੀ ਕੋਸ਼ਿਸ਼ ਕੀਤੀ ਆ। ਜਿਹੜੇ ਲੋਕ ਕਾਫੀ ਲੰਬੇ ਸਮੇਂ ਤੋਂ ਕਿਸੇ ਵਿਦੇਸ਼ਾਂ ਵਿੱਚ ਰਹਿ ਰਹੇ ਸੀਗੇ ਉਹਨਾਂ ਨੂੰ ਵੀ ਉਹਨਾਂ ਦੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਨ ਲਈ ਅਸੀਂ ਪਿੰਡ ਦੇ ਹਰ ਪਹਿਲੂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਇਸੇ ਲੜੀ ਤਹਿਤ ਫਿਰ ਮਿਲਾਂਗੇ ਕਿਸੇ ਨਵੇਂ ਪਿੰਡ ਦੀਆਂ ਯਾਦਾਂ ਲੈ ਕੇ, ਨਵੇਂ ਪਿੰਡ ਦੀਆਂ ਗਲੀਆਂ ਲੈ ਕੇ। ਤਦ ਤੱਕ ਸਾਨੂੰ ਦਿਓ ਇਜਾਜ਼ਤ, ਮਿਹਰਬਾਨੀ।